ਉਨਾ ਤੋਂ ਬਾਅਦ ਚੀਨ ਦੇ ਵਿੱਚ ਇੱਕ ਹੋਰ ਨਾਮੀ ਬਿਮਾਰੀ ਫੈਲੀ ਹੈ ਜਿਸ ਨੇ ਭਾਰਤ ਦੀ ਚਿੰਤਾ ਬੁਦਾ ਦਿੱਤੀ ਹੈ ਸੋ ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਚਰਚਾ ਛੜੀ ਹੋਈ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਇਹ ਬਿਮਾਰੀ ਭਾਰਤ ਦੇ ਵਿੱਚ ਵੀ ਆ ਸਕਦੀ ਹੈ ਫਿਲਹਾਲ ਤੋਂ ਨੂੰ ਮਾਮਲੇ ਦੀ ਜਾਣਕਾਰੀ ਦੰਨਿਆ ਸੋ ਚੀਨ ਦੇ ਵਿੱਚ ਨਿਮੋਨੀਆ ਦੇ ਵੱਧ ਰਹੇ ਕੇਸਾਂ ਨੇ ਭਾਰਤ ਦੇ ਵਿੱਚ ਚਿੰਤਾ ਬੁਦਾ ਦਿੱਤੀ ਹੈ ਇਸ ਦੇ ਮੱਦੇਨਜ਼ਰ ਕੇਂਦਰ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਬਲਿਕ ਹੈਲਥ ਸੈਂਟਰਾਂ ਤੇ ਹਸਪਤਾਲਾਂ ਦੀਆਂ ਤਿਆਰੀਆਂ ਤੇ ਉਪਾਅ ਅਮਦੀ ਸਮੀਖਿਆ ਕਰਨ ਦੇ ਲਈ ਕਹਿ ਦਿੰਦਾ ਹੈ ਸਿਹਤ ਮੰਤਰਾਲੇ ਸਥਿਤੀ ਤੇ ਨਜ਼ਦੀਕੀ ਨਜ਼ਰ ਰੱਖ ਰਿਹਾ ਹੈ ਅਤੇ ਜੋ ਸੰਕੇਤ ਦਿੰਦਾ ਹੈ ਕਿਸੇ ਵੀ ਕਿਸਮ ਦੀ ਚਿੰਤਾ ਵਧਾਉਣ ਦੀ ਜ਼ਰੂਰਤ ਨਹੀਂ ਹੈ ਹਜੇ ਚ ਸੰਕੇਤ ਕੁਝ ਜਿਹਾ ਦਿੱਤੇ ਗਏ ਨੇ ਪਰ ਦੂਜੇ ਪਾਸੇ ਤੋਂ ਦੱਸਦੀਏ ਕਿ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਲੀ 19 ਦੇ ਪ੍ਰਸੰਗ ਦੇ ਵਿੱਚ ਸ਼ਿਸ਼ੋਧਿਤ ਨਿਗਰਾਨੀ ਰਣਨੀਤੀ ਦੇ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਲਈ ਕਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਜ਼ਿਲ੍ਹਾ ਅਤੇ ਰਾਜ ਦੇ ਅਧਿਕਾਰੀ IAI SARI de qué de ਨਜ਼ਰ ਰੱਖੇ ਜਾਣਗੇ ਅਜਹੀ ਜਾਣਕਾਰੀ ਮਿਲਿਆ ਫਿਲਹਾਲ ਤੋਂ ਦੱਸਦੇ ਕਿ ਕੁਝ ਮੀਡੀਆ ਰਿਪੋਰਟਰਾਂ ਨੇ ਉਤਰੀ ਚੀਨ ਦੇ ਬੱਚਿਆਂ ਦੇ ਵਿੱਚ ਸਾਹ ਰੋਗ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਹੈ ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਪਲਬਧ ਜਾਣਕਾਰੀ ਦੇ ਅਨੁਸਾਰ ਸਾਧੀਆਂ ਬਿਮਾਰੀਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਧੀਆਂ ਬਿਮਾਰੀਆਂ ਦੇ ਆਮ ਕਾਰਨਾਂ ਦਾ ਪਤਾ ਚੱਲਿਆ ਹੈ ਬੱਚਿਆਂ ਦੇ ਵਿੱਚ ਪਤਾ ਲੱਗਾ ਹੈ ਕਿ ਕੋਈ ਸਾਹ ਦੀ ਬਿਮਾਰੀ ਦੇ ਨਾਲ ਜੁੜੇ ਹੋਏ ਕਾਰਨ ਜ਼ਰੂਰ ਨੇ ਜੋ ਲਗਾਤਾਰ ਬਿਮਾਰੀ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਚੀਨ ਦੀ ਗੱਲ ਕਰੀ ਤਾਂ ਚੀਨ ਦੇ ਵਿੱਚ ਇਸ ਬਿਮਾਰੀ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਚੀਨ ਇਸ ਬਿਮਾਰੀ ਦੇ ਉੱਤੇ ਜ਼ਿਆਦਾ ਬੋਲਣ ਦੇ ਲਈ ਤਿਆਰ ਨਹੀਂ ਹੈ ਚੀਨ ਦਾ ਕਹਿਣਾ ਹੈ ਕਿ ਆਹ ਬਿਮਾਰੀ ਹੈ ਪਰ ਚੀਨ ਨੂੰ ਪੂਰੀ ਤਰ੍ਹਾਂ ਇਹ ਬਿਮਾਰੀ ਘੇਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਇੱਕ ਵਾਰ ਫਿਰ ਤੋਂ ਕਾਰਨ ਕੀ ਹੈ ਪਹਿਲਾਂ ਵੀ ਕਈ ਕਾਰਨ ਸਾਹਮਣੇ ਆਏ ਸੀ ਕਰੋਨਾ ਦੇ ਕਿ ਆਖਿਰ ਕਰੋਨਾ ਚੀਨ ਦੇ ਵਿੱਚ ਕਿਉਂ ਫੈਲਿਆ ਪਰ ਦੂਜੇ ਪਾਸੇ ਹੁਣ ਭਾਰਤ ਦੀ ਗੱਲ ਕਰੀਏ ਤਾਂ ਕੀ ਇਹ ਜੋ ਬਿਮਾਰੀਆਂ ਭਾਰਤ ਦੇ ਵਿੱਚ ਆਪਣਾ ਅਸਰ ਦਿਖਾਏਗੀ ਪਰ ਭਾਰਤ ਪੂਰੀ ਤਰ੍ਹਾਂ ਤਿਆਰੀ ਖਿੱਚੀ ਬੈਠਾ ਹੈ ਹਸਪਤਾਲਾਂ ਦੇ ਵਿੱਚ ਪੂਰਵ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿ ਜੇਕਰ ਕੋਈ ਅਜੇਹੀ ਬਿਮਾਰੀ ਭਾਰਤ ਦੇ ਵਿੱਚ ਆਉਂਦੀ ਹੈ ਚੀਨ ਦੇ ਵੱਲੋਂ ਇਹ ਬਿਮਾਰੀ ਭਾਰਤ ਦੇ ਵਿੱਚ ਦਸਤਕ ਦਿੰਦੀ ਹੈ ਤਾਂ ਇਸ ਦੇ ਨਾਲ ਨਜਿੱਠਿਆ ਜਾਵੇਗਾ ਅਜਿਹੀਆਂ ਤਿਆਰੀਆਂ ਹੋ ਗਈਆਂ ਨੇ ਪਰ ਫਿਲਹਾਲ ਤੱਕ ਦੱਸ ਦੇ ਕਿ ਭਾਰਤ ਅਲਰਟ ਦੇ ਉੱਤੇ ਸੁਰੂ ਲਾ ਗਿਆ ਹੈ ਕੋਰੋਨਾ ਤੋਂ ਬਾਅਦ ਚੀਨ ਦੇ ਵਿੱਚ ਇੱਕ ਹੋਰ ਨਾਮੀ ਬਿਮਾਰੀ ਫੈਲੀ ਹੈ ਜਿਸ ਨੇ ਭਾਰਤ ਦੀ ਚਿੰਤਾ ਪੈਦਾ ਕਰ ਦਿੱਤੀ ਹੈ ਸੋ ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਚਰਚਾ ਛੜੀ ਹੋਈ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਇਹ ਬਿਮਾਰੀ ਭਾਰਤ ਦੇ ਵਿੱਚ ਵੀ ਆ ਸਕਦੀ ਹੈ ਫਿਲਹਾਲ ਤੁਹਾਨੂੰ ਮਾਮਲੇ ਦੀ ਜਾਣਕਾਰੀ ਦੰਨਿਆ ਸੋ ਚੀਨ ਦੇ ਵਿੱਚ ਨਿਮੋਨੀਆ ਦੇ ਵਧ ਰਹੇ ਕੇਸਾਂ ਨੇ ਭਾਰਤ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਇਸ ਦੇ ਮੱਦੇਨਜ਼ਰ ਕੇਂਦਰ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਬਲਿਕ ਹੈਲਥ ਸੈਂਟਰਾਂ ਤੇ ਹਸਪਤਾਲਾਂ ਦੀਆਂ ਤਿਆਰੀਆਂ ਤੇ

ਸਿਹਤ ਮੰਤਰਾਲੇ ਸਥਿਤੀ ਤੇ ਨਜ਼ਦੀਕੀ ਨਜ਼ਰ ਰੱਖ ਰਿਹਾ ਹੈ ਅਤੇ ਜੋ ਸੰਕੇਤ ਦਿੰਦਾ ਹੈ ਕਿਸੇ ਵੀ ਕਿਸਮ ਦੀ ਚਿੰਤਾ ਵਧਾਉਣ ਦੀ ਜ਼ਰੂਰਤ ਨਹੀਂ ਹੈ ਹਜੇ ਚ ਸੰਕੇਤ ਕੁਝ ਜਿਹੇ ਦਿੱਤੇ ਗਏ ਨੇ ਪਰ ਦੂਜੇ ਪਾਸੇ ਤੋਂ ਦੱਸ ਦਈਏ ਕਿ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵੀ 19 ਦੇ ਪ੍ਰਸੰਗ ਦੇ ਵਿੱਚ ਸ਼ੁਸ਼ੋਧਿਤ ਨਿਗਰਾਨੀ ਰਣਨੀਤੀ ਦੇ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਲਈ ਕਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਜ਼ਿਲ੍ਹਾ ਅਤੇ ਰਾਜ ਦੇ ਅਧਿਕਾਰੀ ਆਈਐਲਆਈ ਐਸਏਆਰਆਈ De queso de... ਨਜ਼ਰ ਰੱਖੇ ਜਾਣਗੇ ਅਜਿਹੀ ਜਾਣਕਾਰੀ ਮਿਲੀ ਹੈ ਫਿਲਹਾਲ ਤੋਂ ਦੱਸਦੇ ਕਿ ਕੁਝ ਮੀਡੀਆ ਰਿਪੋਰਟਰਾਂ ਨੇ ਉਤਰੀ ਚੀਨ ਦੇ ਬੱਚਿਆਂ ਦੇ ਵਿੱਚ ਸਾਹ ਰੋਗ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਹੈ ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਪਲਬਧ ਜਾਣਕਾਰੀ ਦੇ ਅਨੁਸਾਰ ਸਾਧੀਆਂ ਬਿਮਾਰੀਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਧੀਆਂ ਬਿਮਾਰੀਆਂ ਦੇ ਆਮ ਕਾਰਨਾਂ ਦਾ ਪਤਾ ਚੱਲਿਆ ਹੈ ਬੱਚਿਆਂ ਦੇ ਵਿੱਚ ਪਤਾ ਲੱਗਾ ਹੈ ਕਿ ਕੋਈ ਸਾਹ ਦੀ ਬਿਮਾਰੀ ਦੇ ਨਾਲ ਜੁੜੇ ਹੋਏ ਕਣ ਜ਼ਰੂਰ ਨੇ ਜੋ ਲਗਾਤਾਰ ਬਿਮਾਰੀ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਫਲਾਲ ਚੀਨ ਦੀ ਗੱਲ ਕਰੀ ਤਾਂ ਚੀਨ ਦੇ ਵਿੱਚ ਇਸ ਬਿਮਾਰੀ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਚੀਨ ਇਸ ਬਿਮਾਰੀ ਦੇ ਉੱਤੇ ਜ਼ਿਆਦਾ ਬੋਲਣ ਦੇ ਲਈ ਤਿਆਰ ਨਹੀਂ ਹੈ ਚੀਨ ਦਾ ਕਹਿਣਾ ਹੈ ਕਿ ਆਪ ਬਿਮਾਰੀ ਹੈ ਪਰ ਚੀਨ ਨੂੰ ਪੂਰੀ ਤਰ੍ਹਾਂ ਇਹ ਬਿਮਾਰੀ ਘੇਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਇੱਕ ਵਾਰ ਫਿਰ ਤੋਂ ਕਾਰਨ ਕੀ ਹੈ ਪਹਿਲਾਂ ਵੀ ਕਈ ਕਾਰਨ ਸਾਹਮਣੇ ਆਏ ਸੀ ਕਰੋਨਾ ਦੇ ਕਿ ਆਖਿਰ ਕਰੋਨਾ ਚੀਨ ਦੇ ਵਿੱਚ ਕਿਉਂ ਫੈਲਿਆ ਪਰ ਦੂਜੇ ਪਾਸੇ ਹੁਣ ਭਾਰਤ ਦੀ ਗੱਲ ਕਰੀਏ ਤਾਂ ਕੀ ਇਹ ਜੋ ਬਿਮਾਰੀਆਂ ਭਾਰਤ ਦੇ ਵਿੱਚ ਆਪਣਾ ਅਸਰ ਦਿਖਾਏਗੀ ਪਰ ਭਾਰਤ ਪੂਰੀ ਤਰ੍ਹਾਂ ਤਿਆਰੀ ਖਿੱਚੀ ਬੈਠਾ ਹੈ ਹਸਪਤਾਲਾਂ ਦੇ ਵਿੱਚ ਪੂਰ ਪੂਕਤਾ ਪ੍ਰਬੰਧ ਕੀਤੇ ਗਏ ਨੇ ਕਿ ਜੇਕਰ ਕੋਈ ਅਜੇਹੀ ਬਿਮਾਰੀ ਭਾਰਤ ਦੇ ਵਿੱਚ ਆਉਂਦੀ ਹੈ ਚੀਨ ਦੇ ਵੱਲੋਂ ਇਹ ਬਿਮਾਰੀ ਭਾਰਤ ਦੇ ਵਿੱਚ ਦਸਤਕ ਦਿੰਦੀ ਹੈ ਤਾਂ ਇਸ ਦੇ ਨਾਲ ਨਜਿੱਠਿਆ ਜਾਵੇਗਾ ਅਜਿਹੀਆਂ ਤਿਆਰੀਆਂ ਹੋ ਗਈਆਂ ਨੇ ਪਰ ਫਿਲਹਾਲ ਤੱਕ ਦੱਸ ਦੇ ਕਿ ਭਾਰਤ ਅਲਰਟ ਦੇ ਉੱਤੇ ਜ਼ਰੂਰ ਆ ਗਿਆ ਹੈ